ਸਤਿ ਸ੍ਰੀ ਅਕਾਲ ਦੀ ਸਾਰਿਆਂ ਨੂੰ ਚੈਨਲ ਪੰਜਾਬ ਵਾਦਰ ਤੇ ਸਵਾਗਤ ਹੈ ਤੁਹਾਡਾ ਸਭ ਦਾ ਗੱਲ ਕਰਾਂਗੇ ਪੰਜਾਬ ਮੌਸਮ ਦੀ ਅੱਜ ਦੁਪਹਿਰ ਬਾਅਦ ਸ਼ਾਮ ਤੱਕ ਦੀ 14 ਅਪ੍ਰੈਲ ਕੀ ਅੱਜ ਦੁਪਹਿਰ ਤੋਂ ਬਾਅਦ ਕੀ ਮੌਸਮ ਦੀ ਹਲਚਲ ਹੈ ਸੋ ਜਿਵੇਂ ਕਿ ਆਪਾਂ ਸਵੇਰ ਦੀ ਵੀਡੀਓ ਦੇ ਵਿੱਚ ਵੀ ਦੱਸਿਆ ਸੀ ਕਿ ਅੱਜ ਦੁਪਹਿਰ ਤੋਂ ਬਾਅਦ ਸ਼ਾਮ ਦੇ ਆਸ-ਪਾਸ ਪੰਜਾਬ ਦੇ ਕਈ ਖੇਤਿਆਂ ਦੇ ਵਿੱਚ ਬੱਦਲਬਾਜ਼ੀ ਨਾਲ ਹਨੇਰੀ ਵਰਗੇ ਹਾਲਾਤ ਬਣ ਸਕਦੇ ਨੇ ਕੁਝ ਭਾਗਾਂ ਵਿੱਚ ਮੀਂਹ ਵੀ ਦੇਖਣ ਨੂੰ ਮਿਲ ਸਕਦਾ ਹੈ ਤਾਂ ਉਸ ਦੀ ਅਪਡੇਟ ਹੁਣ ਲੈ ਕੇ ਤੁਹਾਡੇ ਨਾਲ ਹਾਜ਼ਰ ਹਾਂ ਕਿ ਅੱਜ ਸ਼ਾਮ ਲਗਭਗ ਦੁਪਹਿਰ ਬਾਅਦ 3-4 ਵਜੇ ਤੋਂ ਕੀ ਮੌਸਮ ਦੀ ਹਲਚਲ ਕਿਹੜੇ ਸੋ ਸਭ ਤੋਂ ਪਹਿਲਾਂ ਤਾਂ ਹੁਣ ਸਕਰੀਨ ਤੇ ਤੁਸੀਂ ਇਸ ਵੇਲੇ ਦੇਖ ਰਹੇ ਹੋ ਕਿ ਜਿਹੜਾ ਇਹ ਸਾਰਾ ਇਲਾਕਾ ਹੈ ਲਗਭਗ ਇਸ ਇਲਾਕੇ ਦੇ ਵਿੱਚ ਇਹ ਕਿਹੜਾ ਘਟ ਦਵਾ ਦਾ ਖੇਤਰਾ ਉਹ ਇਸ ਵੇਲੇ ਬਠਿੰਡਾ ਹੋ ਗਿਆ ਫਰੀਦਕੋਟ ਕੁਝ ਮੋਗਾ ਜ਼ਿਲ੍ਹੇ ਦੇ ਭਾਗ ਬਰਨਾਲੇ ਦੇ ਤਾਂ ਇੰਨਾ ਭਾਗਾਂ ਦੇ ਵਿੱਚ ਬਣ ਚੁੱਕਿਆ ਹੈ ਸੋ ਉਸ ਦੇ ਚਲਦੇ ਬੱਦਲਬਾਈ ਬਣੀ ਹੈ ਇੰਨਾ ਭਾਗਾਂ ਦੇ ਵਿੱਚ ਤੇ ਇਹ ਜਿਹੜੀ ਬੱਦਲਬਾਈ ਹੈ ਲਗਭਗ ਆਪਾਂ ਜ਼ਿਲ੍ਹਿਆਂ ਦੀ ਗੱਲ ਕਰੀਏ ਕੁਝ ਭਾਗ ਮੁਕਸਰ ਸਾਹਿਬ ਦੇ ਬਠਿੰਡੇ ਦੇ ਫਰੀਦਕੋਟ ਮੋਗਾ ਜ਼ਿਲ੍ਹਾ ਲੁਧਿਆਣਾ ਬਰਨਾਲਾ ਮਾਨਸਾ ਸੰਗਰੂਰ ਮਲੇਰਕੋਟਲਾ ਪਟਿਆਲਾ ਤੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਕੁਝ ਭਾਗ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਸੂਈਨਾ ਭਾਗਾਂ ਦੇ ਵਿੱਚ ਬੱਦਲਵਾਈ ਦੇਖਣ ਨੂੰ ਮਿਲ ਸਕਦੀ ਹੈ ਆਪਾਂ ਨੂੰ ਦੁਪਹਿਰ ਤੋਂ ਸ਼ਾਮ ਤੱਕ ਤੇ ਨਾਲ ਹੀ ਕੁਝ ਭਾਗਾਂ ਵਿੱਚ ਮੀਂਹ ਵਰਗੇ ਹਾਲਾਤ ਵੀ ਹਲਕੇ ਦਰਮਿਆਨੇ ਸ਼ਰਾਟੇ ਦਰਮੀ ਦੇਖਣ ਨੂੰ ਮਿਲ ਸਕਦਾ ਹੈ ਤੇ ਇਸ ਦੇ ਨਾਲ ਹੀ ਹਨੇਰੀ ਚੱਲਣ ਦੇ ਅਸਾਰ ਵੀ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਬਣੇ ਹੋਏ ਨੇ ਹਾਲਾਂਕਿ ਜੋ ਇਹ ਜਿਲ੍ਹੇ ਦੱਸੇ ਆਪਾਂ ਜ਼ਿਲ੍ਹਿਆਂ ਦੇ 100% ਭਾਗਾਂ ਦੇ ਵਿੱਚ ਮੀਂਹ ਜਾਂ ਮੌਸਮ ਦੇ ਵਿੱਚ ਬਦਲਾਅ ਨਹੀਂ ਹੋਵੇਗਾ ਪਰ ਇਨ੍ਹਾਂ ਜ਼ਿਲ੍ਹਿਆਂ ਦੇ ਕਈ ਭਾਗਾਂ ਦੇ ਵਿੱਚ ਆਪਾਂ ਨੂੰ ਅਜਿਹੀ ਮੌਸਮ ਦੀ ਹਲਚਲ ਆ ਜਿਹੜੀ ਦੇਖਣ ਨੂੰ ਮਿਲੇਗੀ ਜਿਹੜਾ ਜ਼ਿਆਦਾਤਰ ਪ੍ਰਭਾਵ ਰਹੇਗਾ ਉਹ ਲਗਭਗ 4 ਵਜੇ ਤੋਂ ਲੈ ਕੇ 7 ਜਾਂ 8 ਵਜੇ ਦੇ ਆਸ-ਪਾਸ ਤੱਕ ਦੇਖਣ ਨੂੰ ਮਿਲੇਗਾ। ਸੋ ਇਹਨਾਂ ਇਲਾਕਿਆਂ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਵੀ ਹਨੇਰੀ ਆਉਣ ਦੇ ਚਾਂਸ ਬਣ ਸਕਦੇ ਨੇ। ਉਸ ਤੋਂ ਬਿਨਾਂ ਬਾਕੀ ਭਾਗਾਂ ਦੇ ਵਿੱਚ ਮੌਸਮ ਜਿਹੜਾ ਠੀਕ-ਠਾਕ ਬਣੇ ਰਹੂਗਾ ਜਿਵੇਂ ਮੱਧ ਦਾ ਖੇਤਰ ਹੋ ਗਿਆ ਜਾਂ ਦੋਆਬਾ ਹੋ ਗਿਆ। ਇਹਨਾਂ ਇਲਾਕਿਆਂ ਦੇ ਵਿੱਚ ਕੋਈ ਜ਼ਿਆਦਾ ਹਲਚਲ ਹੋਣ ਦੇ ਆਸਾਰ ਨਹੀਂ ਹਨ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਜੋ ਵੀ ਸਿਸਟਮ ਬਣਦੇ ਨੇ ਉਹ ਸਿਰਫ 5-7 ਜ਼ਿਲ੍ਹਿਆਂ ਨੂੰ ਹੀ ਕਵਰ ਕਰਦੇ ਨੇ। ਸਾਰੇ ਪੰਜਾਬ ਦੇ ਵਿੱਚ ਇੱਕੋ ਸਮੇਂ ਮੀਂਹ ਨਹੀਂ ਪੈਂਦਾ। ਕਿਉਂਕਿ ਜਦੋਂ ਵੀ ਕਿਸੇ ਇਲਾਕੇ ਦੇ ਵਿੱਚ ਕੋਈ ਘੱਟ ਸ਼ਰੀਰੀਆ ਤਾਂ ਉਸ ਤੋਂ ਬਾਅਦ ਬੱਦਲ ਬਣ ਕੇ ਉਸ ਇਲਾਕੇ ਦੇ ਵਿੱਚ ਹਨੇਰੀ ਅਤੇ ਮੀਂਹ ਦੇ ਹਾਲਾਤ ਬਣ ਜਾਂਦੇ ਨੇ ਸੋ ਅਜਿਹੀ ਹੀ ਹਾਲਾਤ ਆਪਾਂ ਨੂੰ ਇਨਾ ਪੰਜਾਬ ਦੇ ਕੁਝ ਦੱਖਣੀ ਜਾਂ ਮੱਧ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਦੇਖਣ ਨੂੰ ਮਿਲਣਗੇ ਸੋ ਜੋ ਹੁਣ ਦੀ ਅਪਡੇਟ ਮਿਲ ਰਹੀ ਹੈ ਉਸ ਮੁਤਾਬਕ ਆਪਾਂ ਜਾਣਕਾਰੀ ਇਹ ਸਾਰੀ ਤੁਹਾਡੇ ਤੱਕ ਸਾਂਝੀ ਕੀਤੀ ਹੈ ਤਾਂ ਆਉਣ ਵਾਲੇ ਘੰਟਿਆਂ ਦੇ ਵਿੱਚ ਇਹ ਵੀ ਦੇਖੜਾ ਬਣਦਾ ਹੈ ਕਿ ਇਹ ਜਿਹੜਾ ਲੋ ਪ੍ਰੈਸ਼ਰ ਏਰੀਆ ਬਣਿਆ ਹੈ ਇਹ ਹੋਰ ਜ਼ਿਆਦਾ ਕਿੰਨਾ ਤਕੜਾ ਹੁੰਦਾ ਹੈ ਤਾਂ ਜੇਕਰ ਇਹ ਹੋਰ ਜ਼ਿਆਦਾ ਪ੍ਰਭਾਵੀ ਹੁੰਦਾ ਹੈ ਤਾਂ ਕਹਿ ਸਕਦੇ ਆਪਾਂ ਵੀ ਤੇਜ਼ ਹਨੇੜ ਤੂਫਾਨ ਵਰਗਾ ਵੀ ਮਾਹੌਲ ਬਣ ਸਕਦੇ ਤੇ ਜੇਕਰ ਇਹ ਜਿਹੜਾ ਲੋ ਪ੍ਰੈਸ਼ਰ ਏਰੀਆ ਜਾਂ ਘੱਟ ਦਬਾਅ ਦਾ ਖੇਤਰ ਹੈ ਜੇਕਰ ਸਮੇਂ ਤੋਂ ਪਹਿਲਾਂ ਖਤਮ ਹੋ ਗਿਆ ਜਾਂ ਕਮਜ਼ੋਰ ਹੀ ਬਣਿਆ ਤਾਂ ਕੁਝ ਲੱਖਾਂ ਵਿੱਚ ਹਲਕੀਆਂ-ਫੁਲਕੀਆਂ ਤੇਜ਼ ਹਵਾਵਾਂ ਨਾਲ ਹਲਕੀ-ਫੁਲਕੀ ਕਿਣਮਣ ਵਰਗਾ ਹਾਲਾਤ ਹੀ ਦੇਖਣ ਨੂੰ ਮਿਲਣਗੇ ਤੇ ਇਸ ਤੋਂ ਬਾਅਦ ਜਿਹੜੀ ਮੌਸਮ ਦੀ ਅਗਲੀ ਅਪਡੇਟ ਆਵੇਗੀ ਉਹ ਆਪਾਂ ਅਗਲੀ ਵੀਡੀਓ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਉਸ ਉਦੋਂ ਤੱਕ ਲਈ ਧੰਨਵਾਦ ਜੀ